ਅੱਜ ਸਾਡਾ ਬਹੁਤ ਸਿਆਣਾ ਬੱਚਾ ਹੋ ਗਿਆ ਅਤੇ ਹੁਣ ਆਪੇ ਹੀ ਸਿਰ ਵਗਾ ਲੈਂਦਾ ਵਾ ਅਤੇ ਤੰਗ ਨਹੀਂ ਕਰਦਾ ਹੈ ਨਾ, ਅੱਗੇ ਤਾਂ ਪਾਉਂਦਾ ਹੀ ਰੌਲਾ ਅਤੇ ਚੀਕਾਂ ਜ਼ਿਆਦੀਆਂ ਮਾਰਦਾ ਅਤੇ ਹੁਣ ਸਿਆਣਾ ਹੋ ਗਿਆ ਵਾ, ਹੁਣ ਮੰਮੀ ਕੋ ਆਪੇ ਸਿਰ ਵਗਾ ਲੈਂਦਾ ਹੈ ਨਾ ਗੁਰਬਾਜ, ਗੁਰਬਾਜ ਮਸਤ ਹੋਇਆ ਫੋਨ ਦੇ ਵਿੱਚ। ਸਤਿ ਸ਼੍ਰੀ ਅਕਾਲ, ਵੈਲਕਮ, ਕੀ ਹਾਲ ਚਾਲ, ਠੀਕ ਠਾਕ ਹੋ ਮੇਰੇ ਭੈਣ ਭਰਾ, ਅਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅਤੇ ਆਪਾਂ ਕੁਝ ਦਿਨਾਂ ਤੋਂ ਕੁਛ ਡਿਸ਼ ਕਾਫੀ ਦਿਨਾਂ ਤੋਂ ਆਪਾਂ ਕੁਝ ਡਿਸ਼ਾਂ ਤਿਆਰ ਕਰ ਰਹੇ ਹਾਂ, ਮਤਲਬ ਟੇਸਟ ਕਰ ਰਹੇ ਹਾਂ ਵੀ ਨਵੇਂ ਨਵੇਂ ਡਿਸ਼ਿਸ ਬਣਾਈਏ। ਅਤੇ ਸੋ ਆਪਾਂ ਪੀਜ਼ਾ ਵੀ ਖਾ ਲਿਆ ਵਾ ਅਤੇ ਸੈਂਡਵਿਚ ਵੀ ਖਾ ਲਏ ਆ ਅਤੇ ਹੁਣ ਟਰਾਈ ਕਰਦੇ ਹਾਂ ਜੀ ਕੁਝ ਮਿੱਠਾ। ਅਤੇ ਦਿਲ ਕਰ ਰਿਹਾ ਵੀ ਅੱਜ ਗੁਲਾਬ ਜਾਮੁਨ ਬਣਾਉਂਦੇ ਹਾਂ ਅਤੇ ਸੋ ਕਰਦੇ ਹਾਂ, ਫਸਟ ਟਾਈਮ ਟਰਾਈ ਕਰਨ ਲੱਗੇ ਆਪਾਂ ਵੀ ਗੁਲਾਬ ਜਾਮੁਨ ਘਰ ਦੇ ਵਿੱਚ। ਅਤੇ ਸੋ ਵੇਖਦੇ ਹਾਂ ਜੀ ਕਿੱਦਾਂ ਦੇ ਬਣਦੇ ਆ, ਆਓ ਫਿਰ ਬਣਾਈਏ ਜੀ। ਇਹ ਬਣਾਉਣ ਲਈ ਆਪਾਂ ਲਈਏ ਇੱਕ ਬ੍ਰੈਡ, ਅਤੇ ਵਾਈਟ ਬ੍ਰੈਡ ਲਈਏ, ਵਾਈਟ ਬ੍ਰੈਡ ਯੂਜ ਕਰਾਂਗੇ। ਅਤੇ ਸੋ ਲਓ ਜੀ ਕਰਦੇ ਹਾਂ ਸ਼ੁਰੂਆਤ, ਪਹਿਲਾਂ ਬ੍ਰੈਡ ਆਪਾਂ ਕੱਟ ਲਈਏ, ਆ ਜਿਹੜਾ ਮਤਲਬ ਸਾਈਡਾਂ ਤੋਂ ਜਿਹੜੀ ਸਿੱਕੀ ਹੁੰਦੀ ਬ੍ਰੈਡ ਪੱਕਾ ਜਿਹਾ ਜਿਹੜਾ ਰੰਗ ਹੁੰਦਾ, ਸਿਰਫ ਵਾਈਟ ਵਾਈਟ ਹੀ ਰਹਿਣ ਦਾਂਗੇ ਵਿੱਚ ਵਾਲਾ ਹਿੱਸਾ, ਹਿੱਸਾ ਕੱਟ ਲੈਂਦੇ ਹਾਂ। ਲਓ ਜੀ ਹੁਣ ਭੋਰ ਲਵਾਂਗੇ ਚੰਗੀ ਤਰ੍ਹਾਂ, ਲਓ ਜੀ ਇਹਨੂੰ ਛੋਟੇ ਛੋਟੇ ਪੀਸ ਕਰਨ ਤੋਂ ਬਾਅਦ ਇਹਦੇ ਵਿੱਚ ਮੈਂ ਐਡ ਕਰ ਲਾਂਗੇ ਆਪਾਂ ਦੁੱਧ, ਦੁੱਧ ਨੂੰ ਐਡ ਕਰਕੇ ਇਹਨੂੰ ਆਟੇ ਵਾਂਗੂ ਗੁੰਨ ਲਾਂਗੇ ਹੌਲੀ ਹੌਲੀ ਹੱਥਾਂ ਨਾਲ, ਆਟੇ ਵਾਂਗੂ ਮਤਲਬ ਪੂਰੀ ਤਰ੍ਹਾਂ ਜਿਵੇਂ ਬ੍ਰੈਡ ਜਿਹੜੀ ਭੁਰ ਜੇ ਸਾਡੀ, ਹੈ ਨਾ, ਜਿਹਦਾ ਬਾਲ ਜਿਹਾ ਬਣ ਜੇ ਜਿਵੇਂ ਕਿ ਰਸਗੁੱਲਾ ਬਣ ਜੇ, ਅਤੇ ਕਹਿਣ ਦਾ ਮਤਲਬ ਇੱਦਾਂ ਕਰ ਲਾਂਗੇ। ਅਸੀਂ ਬਣਾ ਲਈਏ ਸਿਰਫ ਅੱਧੀ ਬ੍ਰੈਡ ਯੂਜ ਕਰਾਂਗੇ, ਮਤਲਬ ਜ਼ਿਆਦਾ ਨਹੀਂ, ਅਸੀਂ ਅੱਧੀ ਕੁ ਬ੍ਰੈਡ ਦੇ ਬਣਾ ਕੇ ਵੇਖਾਂਗੇ ਵੀ ਕਿੰਨੇ ਰੋਲ ਬਣਦੇ ਆਪਣੇ, ਮਤਲਬ ਰਸਗੁੱਲੇ ਕਿੰਨੇ ਬਣ ਜਾਂਦੇ ਅੱਧੀ ਬ੍ਰੈਡ ਦੇ, ਫਿਰ ਜੇ ਘਟਣਗੇ ਤਾਂ ਫਿਰ ਹੋਰ ਬਣਾ ਲਾਂਗੇ, ਵੱਧ ਤੋਂ ਵੱਧ ਇੱਕ ਇੱਕ ਦੋ ਦੋ ਹੀ ਖਾਣੇ ਹੁੰਦੇ ਆ ਟੇਸਟ ਦੀ ਤੌਰ ਦੇ ਉੱਤੇ, ਜ਼ਿਆਦਾ ਵੀ ਨਹੀਂ ਖਾਧੇ ਜਾਂਦੇ, ਹੈਵੀ ਹੋ ਜਾਂਦੇ ਜੀ ਫਿਰ। ਨਾਲ ਦੇ ਨਾਲ ਅਸੀਂ ਬਣਾ ਲਏ ਅਰਬੀ ਅੱਜ, ਅਤੇ ਅਰਬੀ ਨੂੰ ਖਾਂਚੇ ਮਾਰ ਦੇ ਨਾਲ ਦੇ ਨਾਲ ਮੈਂ ਥੱਲੇ ਹੀ ਨਾ ਲੱਗਦਾ, ਅਰਬੀ ਫਰਾਈ ਹੋਣ ਦੀ ਹੈ ਨਾਲ ਸਾਡੀ, ਨਾਲ ਆਟੇ ਵਾਂਗੂ ਗੁੰਦਣਾ ਸ਼ੁਰੂ ਕਰ ਦਿੱਤਾ ਠੀਕ ਨੇ, ਤੁਸੀਂ ਥੋੜ੍ਹੇ ਨਹੀਂ ਹੈ, ਥੋੜ੍ਹੀ ਹੋਰ ਕੱਟ ਲਓ ਬ੍ਰੈਡ, ਇੱਧਰ ਧਰ ਲੈਂਦੇ ਆਪਾਂ ਕੜਾਹੀ, ਅਤੇ ਆ ਬਾਲ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਪ੍ਰੀਤ ਨੇ, ਦੇਖ ਸਕਦੇ ਹੋ ਤੁਸੀਂ, ਅਤੇ ਇਹ ਜਦੋਂ ਫਰਾਈ ਹੋਣ ਤੋਂ ਬਾਅਦ ਜਦੋਂ ਚਾਸ਼ਣੀ ਵਿੱਚ ਜਾਣੇ ਥੋੜ੍ਹੇ ਵੱਡੇ ਹੋ ਜਾਣੇ ਹੋਰ, ਕਿਉਂਕਿ ਇਹਨਾਂ ਦੇ ਵਿੱਚ ਚਾਸ਼ਣੀ ਜਿਹੜੀ ਹੈ ਭਰ ਜਾਣੀ ਹੈ। ਹਾਂਜੀ ਗੁਰਬਾਜ ਸਾਹਿਬ ਕੀ ਕਰਨ ਡੇ ਨੇ, ਹੈਂ ਸ਼ੈਤਾਨੀਆਂ, ਆ ਵੇਖ ਲਓ ਪੰਗੇ ਮੇਰੇ ਨਾਲ ਖਾਈ ਜਾਣ ਲਿਆ।
ਲਓ ਜੀ ਮਹਾਰਾਜ ਦਾ ਨਾਲ ਕਰਵਾਉਂਦੇ ਹਾਂ ਸ਼ੁਰੂਆਤ ਫਿਰ। ਵਾਹਿਗੁਰੂ ਆਪਾਂ ਨਾਲ ਹੀ ਹੁਣ ਧਰ ਲਈ ਆ ਚਾਸ਼ਨੀ, ਚਾਸ਼ਨੀ ਇੱਧਰ ਬਣ ਗਈ ਆ ਸਾਡੀ ਗਰਮ ਹੋ ਕੇ, ਇੱਧਰੋਂ ਜਿਹੜੇ ਬਾਲ ਸਾਡੇ ਫਰਾਈ ਹੋ ਕੇ ਜਾਣਗੇ ਫਿਰ ਸਿੱਧੇ ਚਾਸ਼ਨੀ 'ਚ, ਉਹ 'ਚ ਨਿਕਲ ਕੇ ਆਉਣਗੇ ਫਿਰ ਸਾਡੇ ਗੁਲਾਬ ਜਾਮੁਨ, ਅਤੇ ਨਾਲ ਇਹਦੇ ਵਿੱਚ ਇਲਾਇਚੀ ਪਾ ਲਈ ਹੈ, ਇਹਦੀ ਇਲਾਇਚੀ ਖੁਸ਼ਬੂ ਵੀ ਆਏਗੀ ਗੁਲਾਬ ਜਾਮੁਨ ਉਹਦੇ ਵਿੱਚ, ਕਿਉਂਕਿ ਜਿਹੜੀ ਚਾਸ਼ਨੀ ਆ ਉਹਦੇ ਵਿੱਚ ਅਸਰ ਕਰ ਦੇਣਾ ਇਲਾਇਚੀ ਨੇ ਸਾਰਾ, ਹਰੀ ਇਲਾਇਚੀ। ਲਗਭਗ ਚਾਸ਼ਨੀ ਜਿਹੜੀ ਸਾਡੀ ਆ ਤਿਆਰ ਹੋ ਗਈ ਆ, ਅਤੇ ਹੁਣ ਜਿਹੜੇ ਬਾਲ ਆ ਆਪਾਂ ਪਾਉਂਦੇ ਹਾਂ ਜੀ ਇਹਦੇ ਵਿੱਚ, ਲਓ ਜੀ ਗੁਲਾਬ ਜਾਮੁਨ ਹੋ ਗਏ ਸਾਡੇ ਤਿਆਰ, ਅਤੇ ਹੁਣ ਜਾ ਰਹੇ ਆ ਜੀ ਇਹਦੇ ਵਿੱਚ ਚਾਸ਼ਨੀ 'ਚ। ਲਓ ਜੀ ਗੁਲਾਬ ਜਾਮੁਨ ਸਾਡੇ ਹੋ ਗਏ ਜੀ ਤਿਆਰ, ਸੋ ਕਰਦੇ ਹਾਂ ਜੀ ਟਰਾਈ, ਛੋਟੇ ਛੋਟੇ ਆਪਾਂ ਬਣਾਏ, ਜ਼ਿਆਦਾ ਵੱਡੇ ਨਹੀਂ ਬਣਾਏ ਹੈਗੇ, ਅਤੇ ਸੋ ਕਰਦੇ ਹਾਂ ਤਿਆਰੀ, ਤੁਹਾਨੂੰ ਤੋੜ ਕੇ ਦਿਖਾਉਣਾ ਅੰਦਰਲੀ ਫੀਲਿੰਗ ਗੁਲਾਬ ਜਾਮੁਨ ਜਿਵੇਂ, ਆਖੋ ਜੀ ਗੁਲਾਬ ਜਾਮੁਨ ਸੇਮ ਉਸ ਉਹੀ ਚੀਜ਼ ਬਣੀ ਹੈ ਜੀ, ਦੇਖ ਸਕਦੇ ਗੁਰਬਾਜ ਸਾਹਮਣੇ ਬਹੁਤ ਵਧੀਆ ਪੂਰੇ ਸਵਾਦ ਆ, ਉਹੀ ਫੀਲਿੰਗ ਆ ਸਾਰੀ ਗੁਲਾਬ ਜਾਮੁਨ ਵਰਗੀ, ਸਿਰਫ ਜਿਹੜਾ ਹੈਗਾ ਥੋੜ੍ਹਾ ਬਹੁਤਾ ਬ੍ਰੈਡ ਦਾ ਟੇਸਟ ਆਉਂਦਾ ਵਿੱਚ, ਅਤੇ ਜਿਵੇਂ ਲਾ ਲਓ ਕਿ ਕੁਛ ਮੈਦੇ ਮੁੱਦੇ ਕਰਕੇ ਬਣਦੇ ਹੋ, ਮਤਲਬ ਮੈਦਾ ਮਿਕਸ ਕਰਦੇ ਹੋਣਗੇ ਉਹ, ਅਤੇ ਆਪਾਂ ਯੂਜ਼ ਕੀਤੀ ਹੈ ਬ੍ਰੈਡ, ਸੋ ਉਹ ਵੀ ਸੌਖਾ ਤਰੀਕਾ, ਦੇਸੀ ਤਰੀਕਾ ਗੁਲਾਬ ਜਾਮੁਨ ਬਣਾਉਣ ਦਾ, ਵਧੀਆ ਬੈਸਟ ਆਮ ਬੈਸਟ। ਲਓ ਜੀ ਇੱਧਰ ਲੈਣ ਦੇ ਮੰਮੀ ਹੋਣਾ ਨੇ ਨਿਊਡਲ, ਨਿਊਡਲ ਖਾਂਦੇ ਹਾਂ ਜੀ। ਗੁਰਬਾਜ ਉਹ ਗੁਰਬਾਜ ਉਹ ਭਾਈ ਹੋਣੇ ਸਾਹਮਣੇ ਆਏ ਸੀਗੇ, ਅਤੇ ਮੈਨੂੰ ਕਹਿੰਦੇ ਵੀ ਆਓ ਨਾਲ ਚੱਲੀਏ, ਅਤੇ ਉਹਨਾਂ ਨੂੰ ਕਿਹਾ ਸੀ ਵੀ ਆਪਾਂ ਕਿਰਾਏ 'ਤੇ ਮਕਾਨ ਵੇਖਣਾ ਹੈਗਾ ਥੋੜ੍ਹੇ ਜਿਹੀ ਦੇਰ ਵਾਸਤੇ, ਅਤੇ ਆਪਾਂ ਫਿਰ ਇਸ ਕਰਕੇ ਆਪਾਂ ਕਿਹਾ ਸੀਗਾ ਡੀਲਰ ਭਾਜੀ ਨੂੰ, ਅਤੇ ਉਹ ਕਹਿੰਦੇ ਵੀ ਆਓ ਤੁਹਾਨੂੰ ਦਿਖਾ ਦਿੰਦੇ ਹਾਂ, ਮੈਂ ਚਲੋ ਕਮਰਾ ਮਿਲ ਗਿਆ, ਹਾਲ ਕਮਰਾ ਇੱਕ ਬਾਹਰਲੀ ਸਾਈਡ, ਦੋ ਕਮਰੇ ਆ ਨਾਲ ਕਮਰੇ ਰਸੋਈ ਆ, ਹੁਣ ਇੱਕ ਆਪਣਾ ਘਰ ਦੇ ਲਾਗੇ ਵੀ ਮਿਲਣ ਦਿਆ ਕਿਰਾਏ 'ਤੇ ਮਕਾਨ, ਅਤੇ ਆਪਾਂ ਉਹ ਵੀ ਵੇਖ ਲੈਂਦੇ ਹਾਂ, ਸ਼ਾਇਦ ਉਹ ਹੀ ਪਸੰਦ ਆ ਜੀ
ਮੈਂ ਮੰਮੀ ਜੀ ਨੂੰ ਤੇ ਪ੍ਰੀਤ ਨੂੰ ਵਿਖਾ ਲਿਆਉਂਦੇ ਹਾਂ ਕਾ ਮਕਾਨ ਮਿਲਣੇ ਜੀ ਇੱਕ ਆ ਸਾਹਮਣੇ ਕਮਰਾ ਵੱਡਾ ਹਾਲ ਆ ਠੀਕ ਹੈ ਅਤੇ ਇੱਕ ਆ ਵਾ ਸਾਹਮਣੇ ਇਹ ਕਿੱਧਰ ਬੈਠੇਗਾ ਇੱਕ ਆ ਬੈਠੇਗਾ ਪ੍ਰੀਤ ਆ ਬੈਠ ਗਈ ਇੱਥੇ ਠੀਕ ਹੈ ਠੀਕ ਹੈ ਮਕਾਨ ਦੇ ਵਿੱਚ ਕੰਮ ਚੱਲ ਰਿਹਾ ਅਤੇ ਇੱਕ ਦੋ ਦਿਨ ਲੱਗ ਗਏ ਟਾਈਲਾਂ ਵਗੈਰਾ ਲੱਗਾ ਠੀਕ ਹੈ ਅਤੇ ਕਹਿੰਦੇ ਇੱਕ ਦੋ ਦਿਨਾਂ ਤੱਕ ਰੈਂਟ ਪੇ ਨਹੀਂ ਲੈ ਲਓ ਅਤੇ ਆਪਾਂ ਲੈ ਲਾਂਗੇ ਚੱਲੀਏ ਠੀਕ ਹੈ ਆ ਗਿਆ ਪਸੰਦ ਮੰਮੀ ਹੁਣਾਂ ਨੂੰ ਵੀ ਆ ਗਿਆ ਠੀਕ ਹੈ ਪਸੰਦ ਹੈ ਨਾ ਚੱਲੀਏ ਚਲੋ ਜੀ ਦਰਬਾਰ ਸਾਹਿਬ ਆਓ ਚੱਲੀਏ ਹਾਂਜੀ ਜੀ ਹੁਣ ਆ ਗਏ ਆਪਾਂ ਘਰ ਮਕਾਨ ਵਗੈਰਾ ਵੇਖ ਲਿਆ ਵਾ ਅਤੇ ਦੋ ਕਮਰੇ ਮਿਲ ਰਹੇ ਨੇ ਅਤੇ ਬਾਕੀ ਮੰਮੀ ਡੈਡੀ ਹੁਣਾਂ ਨਾਲ ਹੁਣ ਸਲਾਹ ਕਰਦੇ ਹਾਂ ਕਿ ਕਿੱਦਾਂ ਮਤਲਬ ਕਰਨੀ ਹੈਗੀ ਆ ਅਤੇ ਇਹਦਾ ਪੂਰਾ ਰੀਜ਼ਨ ਕੰਪਲੀਟਡ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਾਂਗੇ ਵੀ ਆਪਾਂ ਕਿਉਂ ਕਿਰਾਏ 'ਤੇ ਲੈ ਲਏ ਹਾਂ ਮਕਾਨ ਹਾਂਜੀ ਜੀ ਨਾਲ ਮੇਰੇ ਕੁਝ ਖਾਸ ਭੈਣ ਪ੍ਰੋਕਾਸਟ ਕਿ ਸਾਡਾ ਵੀ ਨਾਲ ਲਾਓ ਲਾਓ ਦੇਵੇ ਅਤੇ ਇੱਕ ਮੇਰੀ ਭੈਣ ਹੈਗੀ ਆ ਸੀਮਾ ਸ਼ਰਮਾ ਜੀ ਅੰਮ੍ਰਿਤਸਰ ਤੋਂ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਸੰਨੀ ਅੰਗਰੇਜ਼ ਜੀ ਅੰਮ੍ਰਿਤਸਰ ਤੋਂ ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਜੀ ਜਸਬੀਰ ਕੌਰ ਜੀ UK ਤੋਂ ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਗੁਰਪ੍ਰੀਤ ਕੌਰ ਜੀ ਤਰਨ ਤਾਰ ਤੋਂ ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਰਜਨੀ ਬਾਲਾ ਜੀ ਅੰਮ੍ਰਿਤਸਰ ਤੋਂ ਹਾਂਜੀ ਜੀ ਫਿਰ ਕਿੱਦਾਂ ਲੱਗਾ ਅੱਜ ਦਾ ਛੋਟਾ ਜਿਹਾ ਵਲੌਗ ਜਿਹਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਨਾਲ ਦੇ ਨਾਲ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਮਿਲਦੇ ਇੱਕ ਸੋਹਣੀ ਜਿਹੀ ਫੈਮਿਲੀ ਵੀਡੀਓ ਦੇ ਨਾਲ ਤਦ ਤੱਕ ਲਈ ਫਿਰ ਬਾਏ ਬਾਏ।